Hi guys, welcome back to new vlog. ਅੱਜ ਲੱਗਦਾ ਵਾ ਕਿ ਧੁੱਪ ਨਿਕਲੂਗੀ ਕਾਫੀ ਚਿਰ ਬਾਅਦ, ਅੱਜ ਤਾਂ ਹੁੰਦਾ ਨਹੀਂਗੀ। ਅੱਜ ਜੇ ਧੁੱਪ ਨਿਕਲੀ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਨਵਾਵਾਂਗੇ, ਕਿਉਂਕਿ ਇਹਨੂੰ ਮਹੀਨਾ ਹੋ ਗਿਆ ਨਾ ਅੱਜ ਇਹਨੂੰ। ਆ ਸਿਰ ਤੇ ਦੇਖੋ ਇਹਦੇ ਸਵਾਹ ਲੱਗੀ ਹੋਈ, ਮੂੰਹ ਚ ਖੋਲ, ਮੂੰਹ ਚ ਇਹਨੇ ਪਾਇਆ ਵਾ ਸਿਲੰਡਰ। ਹਾਂ ਵੇਖੋ ਸਿਲੰਡਰ ਮੂੰਹ ਚ ਪਾਇਆ ਸੀ ਇਹਨੇ, ਤੇ ਇਹ ਉਹ ਹੀ ਆ ਜਿਹਦੇ ਚ ਹੁੰਦੀ ਆ ਕਿਹੜੀ ਗੈਸ, ਲਾਫਿੰਗ ਗੈਸ ਹੁੰਦੀ ਇਹਦੇ ਚ। ਇਹ ਆਈਸਕ੍ਰੀਮ ਦੇ ਵਿੱਚ ਵੀ ਯੂਜ਼ ਹੁੰਦੀ ਆ, ਤੇ ਆਪਾਂ ਇਹਨੂੰ ਸਗੋਂ ਸਿੱਟ ਦਿੰਦੇ ਹਾਂ, ਮੂੰਹ ਚ ਨਾ ਪਾਵੇ, ਗਾਂ ਹੀ ਨਾ ਲੰਘ ਜਾਵੇ, ਤਿਲਕ ਕੇ ਗਾਂ ਲੰਘ ਸਕਦੀ ਇਹਦੇ। ਅੱਜ ਇੱਥੇ ਬਣ ਲੱਗੀ ਆ ਗੋਭੀ ਦੀ ਸਬਜ਼ੀ। ਆਹ ਦੇਖੋ ਇੱਧਰ ਡਰਾਇਰ ਖਰਾਬ ਹੋ ਗਿਆ ਸਾਡਾ, ਤੇ ਇਹਨੂੰ ਹੁਣ ਸਹੀ ਕਰਨ ਲੱਗੇ ਆ ਡਰਾਇਰ ਨੂੰ। ਕੀ ਵਿਖਾਵਾ, ਅੱਛਾ ਆਹ ਦੇਖੋ ਗਾਇਸ, ਇਹਨਾਂ ਡੈਡੀ ਹੋਣੀ ਗੰਦ ਬਹੁਤ ਪਾਉਂਦੇ ਆ। ਰੱਜੀ ਹੋਣਾ ਦਾ ਕਹਿਣਾ ਵਾ ਕਿ ਤੁਸੀਂ ਜ਼ਰੂਰ ਦਿਖਾਇਓ, ਤੇ ਆਹ ਰੋਸਕੋ ਨੇ ਇੱਥੇ ਗੰਦ ਪਾ ਤਾ, ਤੇ ਆਹ ਦੇਖੋ ਬੈੱਡ ਸੀ ਰੋਸਕੋ ਦਾ, ਇਹਨੇ ਵਿੱਚੋਂ ਕੀ ਕੁਛ ਇਹਦੇ ਵਿੱਚੋਂ ਕੱਢਤਾ, ਤੁਸੀਂ ਦੇਖ ਸਕਦੇ ਆ ਹਨਾ, ਸਾਨੂੰ ਰੋਰਾ ਕੱਢਤਾ। ਅੱਜ ਉਹ ਪੱਲੀਆਂ ਜਿਹੜੀਆਂ ਵਾ, ਆਹ ਡੈਡੀ ਬੋਰੇ ਬਾਰੇ ਨਾ ਡੈਡੀ ਨੂੰ ਕਹੀਦਾ ਵੀ ਇੱਥੇ ਨਾ ਰੱਖਣ, ਮਤਲਬ ਸਾਫ਼ ਰੱਖਣ, ਇਹ ਖਾਦ ਪਾ ਕੇ ਉਹਦੇ ਡੈਡੀ ਨੂੰ ਫਿਰ ਸਿਰ ਦਿੰਦੇ ਆ। ਰੋਸਕੋ ਨੇ ਬੋਲ ਵੀ, ਪਤਾ ਨਹੀਂ ਇਹਨੂੰ ਮੂੰਹ 'ਚ ਪਾਉਣ ਦੀ ਚੀਜ਼ਾਂ ਆਦਤ ਆ, ਸਾਰਾ ਕੁਛ ਖਰਾਬ ਕਰਤਾ ਇਹਨੇ ਰੋਸਕੋ ਨੇ। ਲਾਈ ਦਿਓ ਵੀ ਖੂਨ ਦਾ ਜੋੜ ਦੂਗਾ, ਉਹ ਤਾਂ ਆਪ ਜੋੜ ਲਾਂਗੇ ਡੈਡੀ, ਗੱਲ ਸੀ ਆਵੇ ਲਿਆਉਂਦੇ ਆਂਟੀ ਮੰਮੀ ਡੈਡੀ ਤਾਰ ਮੋਟੀ ਪਵਾਇਓ ਇਹ ਕਰੰਟ ਉਹ ਯਾਸ ਖਿੱਚ ਆਹੋ ਇਹਨੇ ਜੋ ਉਹ ਰਜਾਈ 'ਚ ਕਿਉਂ ਚਲਾਉਣਾ ਵਾ, ਤਾਰ ਮੋਟੀ ਪਵਾਇਓ ਲੈ। ਚਲੋ ਜੀ ਆਂਦੀ ਤਾਰ ਜਿਹੜੀ ਵੇਖੋ ਖਰਾਬ ਹੋਈ ਹੋਈ ਆ, ਹੁਣੇ ਅਸੀਂ ਚੱਲੇ ਸਹੀ ਕਰਾਉਣ। ਚਲੋ ਪੱਖਾ ਵੀ ਫੜ ਦਿਓ, ਆਹ ਦੇਖੋ ਇੱਧਰ ਪੱਖਾ, ਤੇ ਇਹ ਅਸੀਂ ਲਿਜਾਣਾ ਵਾ ਹੁਣ, ਗਰਮੀਆਂ ਦੀ ਤਿਆਰੀ ਹੋਣ ਲੱਗੀ, ਜੋ ਗਰਮੀਆਂ ਇਹ ਖਰਾਬ ਹੋਇਆ ਹੋਇਆ ਵਾ, ਤੇ ਗਰਮੀਆਂ 'ਚ ਆਪਣੇ ਕੰਮ ਆਊਗਾ, ਇਸ ਕਰਕੇ ਇਹਨੂੰ ਸਹੀ ਕਰਾਉਣ ਲਿਜਾਣਾ ਅੱਜ। ਅਤੇ ਅਸੀਂ ਤਾਂ ਡਰਾਇਰ ਸਹੀ ਕਰਾਉਣਾ ਸੀ ਇਹਦਾ, ਸਾਨੂੰ ਪੇਚਕਸ ਨਹੀਂ ਲੱਭਾ, ਜਿਹੜਾ ਇਹ ਟ੍ਰੈਂਗਲ ਸ਼ੇਪ ਆ ਇਹ ਨਹੀਂ ਮਿਲਿਆ, ਅਤੇ ਬਾਕੀ ਨਾ ਇੱਥੇ ਰਹਿੰਦਾ ਉਹ ਸੱਪ। ਡੈਡੀ ਕਿੱਥੇ ਵੇਖਿਆ ਸੀਗਾ? ਇੱਧਰ ਕਈ ਵਾਰ ਵੇਖਿਆ ਸੀ, ਇੱਧਰ ਇੱਧਰ ਆਹੋ ਕਿਤੇ ਨਹੀਂ ਗਾ, ਹੁਣ ਤਾਂ ਹੈਗਾ, ਬਾਕੀ ਉਹ ਠੰਡ ਦਾ ਕਰਕੇ, ਠੰਡ ਦਾ ਕਰਕੇ ਨਹੀਂ ਨਿਕਲਦਾ। ਇੱਧਰ ਇੱਕ ਰੱਜੀ ਨੇ ਜਿਹੜੀ ਰਹਿੰਦੀ ਉਹ ਵੀ ਲਾਹ ਤੀ, ਮੰਮੀ ਹੁਣੀ ਵੇਖੋ ਵੇਖਣ ਆਏ ਵੀ ਜਿਨ੍ਹਾਂ ਨੇ ਗਰਮ ਹਵਾ ਲੈਣੀ ਆਟਾ ਗੁੰਨਦੇ ਹੀ ਆ ਗਏ। ਵੇਖੋ ਇੱਧਰ ਇਹਨੂੰ ਵੇਖਣ ਆਏ ਵੀ ਗਰਮ ਹਵਾ ਲੈਣੀ ਆ ਰਾਤ ਨੂੰ। ਚਲੋ ਜੀ ਸਖ਼ਤ ਮਿਹਨਤ ਕਰਨ ਤੋਂ ਬਾਅਦ ਮੈਂ ਇਹਨੂੰ ਖੋਲ੍ਹ ਲਿਆ, ਅਤੇ ਸੇਫਟੀ ਆਹ ਦੂਜੀ ਕੀ ਇਹਨੂੰ ਕਹੀਦਾ ਵਾ ਟੈਸਟ ਪਿੰਨਣਾ, ਅਤੇ ਬਾਕੀ ਆਹ ਦੇਖੋ ਇੱਦਾਂ ਦਾ ਹੁੰਦਾ ਡਰਾਇਰ ਅੰਦਰੋਂ, ਜਿਹੜਾ ਗਰਮ ਹਵਾ ਕੱਢਦਾ, ਆਹ ਪੱਖਾ ਵਾ, ਅਤੇ ਤਾਰ ਵੇਖੋ ਇੱਥੋਂ ਵਢੀਚੀ ਹੋਈ ਆ। ਚਲੋ ਹੁਣ ਇੱਥੋਂ ਚਾਰ ਦਾ ਟੰਕਾ ਲਾ ਦਈਏ ਅਤੇ ਇਹਨੂੰ ਜੋੜ ਦਈਏ। ਚਲੋ ਦੇਖੋ ਇੱਧਰ ਕਿੰਨੀ ਸੋਹਣੀ ਧੁੱਪ ਲੱਗੀ, ਹੁਣ ਸਾਰੇ ਇੱਥੇ ਰੋਟੀ ਖਾਣ ਡਿਆ ਗੋਭੀ ਦੀ ਸਬਜ਼ੀ ਨਾ, ਅਤੇ ਗੋਭੀ ਦੀ ਸਬਜ਼ੀ ਅੱਜ ਬਣੀ ਆ, ਅੱਜ ਉਹ ਵੀ ਧੁੱਪੇ ਬੈਠਾ। ਕਾਕਾ ਅੱਜ ਤੈਨੂੰ ਨਵਾਵਾਂਗੇ, ਨਹਾਈਏ ਇਹ ਵੇਹਦਾ ਹੀ ਨਹੀਂ ਐਨੂੰ ਦੇਖੋ। ਗਾਇਸ ਪੂਰੇ ਮਹੀਨੇ ਬਾਅਦ, ਖਰੇ ਡੇਢ ਦੋ ਮਹੀਨੇ ਬਾਅਦ ਧੁੱਪ ਨਿਕਲੀ ਆ, ਅਤੇ ਵੇਖੋ ਤੁਹਾਨੂੰ ਮੈਂ ਲੋਕ ਦਿਖਾਉਣਾ ਕਿਵੇਂ ਕਿਵੇਂ ਦੇ ਰਹਿੰਦੇ ਆ। ਆ ਕੇ ਬਾਅਦ ਰੋਟੀ ਮੰਮੀ ਆਣ ਕੇ ਖਾਂਦਾ, ਇੱਥੇ ਰੱਖ ਦਿਉ ਅਤੇ ਰੁਕ ਜਾਓ, ਲੋਕ ਵੇਖੋ ਕਿਵੇਂ ਕਿਵੇਂ ਦੇ ਆ ਅੰਦਰ। ਇੱਧਰ ਦੇਖੋ ਇੰਨੀ ਵਧੀਆ ਬਾਹਰ ਬੀਬੀ ਧੁੱਪ ਨਿਕਲੀ ਆ, ਇੰਨੀ ਚਮਕਦਾਰ ਨਿਕਲੀ ਨਾ, ਤਾਂ ਦੋ ਮਹੀਨੇ ਹੋ ਗਏ ਬੀਬੀ ਰਜਾਈ 'ਚ ਲੁਕੀ ਨੂੰ, ਮੈਂ ਬੀਬੀ ਨੂੰ ਵੀ ਬਾਹਰ ਨਹੀਂ ਆਉਣਾ, ਸੱਚੀ ਬਹੁਤ ਵਧੀਆ ਧੁੱਪ ਨਿਕਲੀ ਆ। ਨਹੀਂ ਬੀਬੀ ਨਹੀਂ ਮੰਨਦੀ, ਅਤੇ ਇੱਧਰ ਵੇਖ ਲਓ ਜਿਹਨੂੰ ਪਤਾ ਵਾ ਵੀ ਧੁੱਪ ਨਿਕਲੀ ਬਾਹਰ, ਅੰਦਰ ਵੇਖੋ ਬੈਠਾ ਰਜਾਈ ਲੈ ਕੇ, ਦੇਖ ਲਓ ਕਿਵੇਂ ਕਿਵੇਂ ਦੇ ਲੋਕ ਵਾ। ਚਲੋ ਹੁਣ ਰੋਟੀ ਖਾ ਲਾ, ਅਤੇ ਇੱਥੇ ਆ ਗੋਭੀ ਦੀ ਸਬਜ਼ੀ ਦੇਸੀ ਘਿਓ ਤੇ ਨਾਲ ਚਾਰ। ਡੰਡਾ ਸੁੱਟ ਦੇ, ਡੰਡਾ ਸੁੱਟ ਦੇ, ਡੰਡਾ ਸੁੱਟ ਦੇ, ਡੰਡਾ ਕੀ ਹੋਇਆ ਮੈਨੂੰ ਦਊਗਾ, ਧੁੱਪੇ ਨਹੀਂ ਬਹਿੰਦਾ ਏ। ਹਾਂ ਰੋਸਕੋ ਆ ਕੀ ਕੀਤਾ ਤੂੰ, ਪਾੜਤਾ ਨਾ, ਆ ਕੀ ਕੀਤਾ, ਇਹ ਕੀ ਕੀਤਾ, ਚੱਲ ਬਹਿ ਜਾ ਬਹਿ ਜਾ ਬਹਿ ਜਾ, ਇਹ ਧੁੱਪੇ ਨਹੀਂ ਬਹਿੰਦਾ, ਨਿੱਘ ਲੈਣੀ ਨਹੀਂ ਚਾਹੁੰਦਾ। ਹੈਂ ਅੱਜ ਲਾਪਰੀ ਬਣਾਉਣ ਲੱਗਾ ਸਾਰਿਆਂ ਲਈ ਦੁੱਧ, ਪਤਾ ਨਹੀਂ ਕਿੱਧਰੋਂ ਜੀ ਕਰ ਰਿਹਾ, ਨਹੀਂ ਤੇ ਤਾਂ ਉੱਠਦਾ ਹੀ ਨਹੀਂ ਹੁੰਦਾ, ਬਣਾਉਂਦਾ ਹੀ ਨਹੀਂ ਹੁੰਦਾ। ਮੰਮੀ ਨੇ ਲੈ ਲਿਆ ਵਾ, ਜਿਵੇਂ ਕਿ ਸਦਾ ਹੀ ਮੰਮੀ ਹੁਣੀ ਧੁੱਪੇ ਐ, ਮਤਲਬ ਇਹ ਤਰਵਾਜ ਆ ਨਾ ਪੁਰਾਣਾ, ਵੀ ਉੱਤੇ ਛੋਲ ਲੈ ਕੇ ਧੁੱਪੇ ਪੈ ਜਾਣਾ। ਇਹ ਕਬੂਤਰ ਆ ਲੈਂਦਾ ਧਿਆਨ ਆ, ਤੇ ਬੀਬੀ ਰੋਸਕੋ ਦੇ ਮੰਜੇ ਦੇ ਉੱਪਰ, ਰੋਸਕੋ ਨੂੰ ਥੱਲੇ ਲਾਹ ਦਾ ਬੀਬੀ, ਆਪ ਮੰਜੇ ਉਹਦੇ ਦੇ ਉੱਪਰ ਪੈ ਗਈ, ਤੇ ਉਹ ਵੇਖਦਾ ਪਿਆ ਕਬੂਤਰ ਅੱਲ ਕਿੱਧਰ ਚੱਲ ਗਿਆ, ਉੱਡ ਗਿਆ, ਓ ਬੈਠਾ ਕਬੂਤਰ ਆ ਵੇਖਦਾ ਬੀਬੀ ਵੀ ਮਾਨ ਨਾ ਪਈ ਆ, ਸੀਨ ਤਵਾਕੇ ਹੀ ਸਿਰਾ ਵਾ। ਬਾਕੀ ਇੱਥੇ ਮੈਂ ਆਹ ਸਹੀ ਕਰਦਾ ਪਿਆ ਡਰਾਇਰ, ਹੋ ਵੀ ਗਿਆ ਸਹੀ, ਤੇ ਬਾਕੀ ਇਹਦੇ ਹੁਣ ਨਾਟਕ ਹੱਸਣੇ ਹੀ ਬਸ ਰਹਿ ਗਿਆ, ਉਹ ਕਬੂਤਰ ਉੱਡ ਗਿਆ।
ਇਹਨੂੰ ਪੈਂਦਾ ਪਿਆ ਏ। ਚਲੋ ਬੀਬੀ ਨੂੰ ਹੁਣ ਚਾਹ ਮਿਲ ਗਈ ਆ, ਬੀਬੀ ਚਾਹ ਪੀ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਆ। ਲੈ ਲਓ ਬਈ, ਕੀ ਹੋ ਗਿਆ ਬੀਬੀ ਨੂੰ ਰੋਜ਼ ਕੋ ਬਹੁਤ ਤੰਗ ਕਰਦਾ। ਬੀਬੀ ਨੂੰ ਕੀ ਚਾਹ ਮਿਲ ਗਈ, ਕਹਿੰਦੀ ਰਹੀ ਭਾਵਾ ਹੋਰ ਡੋਲ ਦੇ ਮੇਰੇ ਪੱਟ ਤੇ, ਚਾਹ ਤਾਂ ਦੇ ਦੇ। ਆ ਦਈ ਕੀ ਆ ਬੀਬੀ ਏ, ਚਾਹ ਵਾ ਦੁੱਧ ਵਾ ਦਿੱਤਾ, ਇਹ ਵੀ ਨੀ ਯਾਦ। ਅਸੀਂ ਨਾ ਵੇਖ ਲੋ ਕੀ ਮੈਂ ਬਣਿਆ ਹੋਇਆ ਦਾਦਾ, ਤੇ ਅਸੀਂ ਕੀ ਬਣਾਈ ਸੀਗਾ ਆਪਾਂ, ਸਾਵਧਾਨ ਇੰਡੀਆ ਬਣਾਇਆ ਸੀਗਾ। ਆ ਵੀ ਹੁਣੇ ਬਣ ਇਹ ਕਹਿੰਦੇ ਵੀ ਕਰੈਕਟਰ ਕੀਤਾ, ਬਾਕੀ ਹੁਣ ਮੈਂ ਐਡਿਟ ਕਰਾਂ ਵੀਡੀਓ ਤੇ। ਚਲੋ ਗਾਇਸ ਗੁੱਡ ਮੋਰਨਿੰਗ, ਜਿਹਨੇ ਕੱਲ੍ਹ ਵਾਲੀ ਸਾਵਧਾਨ ਇੰਡੀਆ ਕਿਸ਼ਤ ਨਹੀਂ ਦੇਖੀ ਅਸੀਂ ਬਣਾਈ ਸੀਗੀ, ਵੇਖ ਜਿਹਨੇ ਨਹੀਂ ਦੇਖੀ ਉਹ ਦੇਖ ਲਿਓ, ਬੜੀ ਵਧੀਆ ਬਣੀ ਸੀ। ਬਾਕੀ ਦੇਖੋ ਕੱਲ੍ਹ ਕਿੰਨੀ ਵਧੀਆ ਧੁੱਪ ਸੀ, ਅਤੇ ਅੱਜ ਦੇਖੋ ਕੀ ਹਾਲ ਬਣਿਆ ਪਿਆ, ਬਾਹਰ ਸਾਰੇ ਜਾਣੇ ਅੰਦਰ ਬੜੇ ਹੋਏ। ਹੋ ਲੈ ਉਹ ਕੋਠੇ ਤੋਂ ਆਇਆ ਵੇਖ ਲਓ ਫਿਰਦਾ, ਨੇ 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 ਓ ਤਿਲਕ ਕੇ ਡਿੱਗ ਪਿਆ। ਧੁੱਪ ਹੀ ਨਿਕਲੀ ਆ, ਧੁੱਪੇ ਲੜ ਪਏ ਬਾ, ਇਹਨਾਂ ਨੂੰ ਧੁੱਪ ਦਾ ਇੰਤਜ਼ਾਰ ਸੀ ਕਦੋਂ ਧੁੱਪ ਨਿਕਲੇ ਤਾਂ ਅਸੀਂ ਲੜ ਗਏ। ਚਲੋ ਲੜੋ ਲੜੋ ਲੜੋ, ਮੈਂ ਵੀਡੀਓ ਬਣਾਉਣਾ, ਲੜੋ ਲੜੋ ਛੇਤੀ ਚਪੇੜ ਮਾਰ। ਮਾਰ ਲੈ ਇੱਕ ਮਿੰਟ, ਕੰਨ ਤੇ ਟਾਕ ਲੈ, ਮਾਰ ਲਾ ਰੱਜੀ, ਤੂੰ ਮਾਰ ਸਕਦੀ ਆ ਓਏ, ਲੈ ਰੱਜੀ ਵੱਜ ਜਾਣੀ ਆ ਚਪੇੜ। ਚੱਲ ਚੱਲ ਮੈਂ ਤੇਰਾ ਪਰਮਾਤਮਾ ਤੋਂ ਭਲਾ ਮੰਗਿਆ ਕਰ ਰੋਜ਼ ਚੱਲ ਜੋ ਤੂੰ ਕਹੇਗੀ ਉਹ ਤੈਨੂੰ ਮਿਲੂਗਾ। ਬੰਦਾ ਪਿਛੇ ਹੱਥ ਲੱਥੀ ਹੋਈ ਕੱਟਣੀ, ਗੋਰੇ ਕੁਛ ਨੀ ਹੁੰਦਾ, ਥੋੜੇ ਜਿਹੇ ਲਾਜ ਗਏ ਹੋਏ। ਪਹਿਲੀ ਗੱਲ ਇਹ ਸ਼ੂ ਲੱਗੀ ਆ, ਸ਼ੂ ਤੋਂ ਬਿਨਾਂ ਮੈਂ ਤੇਰੇ ਨੱਕ ਚ ਲਾ ਕੇ ਕੱਟਣੇ ਆ। ਆਰਮੀ ਸਟਾਈਲ ਕੋਰੇ ਆਰਮੀ ਓ ਮੇਰਾ ਖਾ ਗਈ ਮੱਝ ਕਿਸੇ ਥਾਂ ਦੀ ਨੀ ਤੇ। ਸ਼ੈਂਪੂ ਵੀ ਲੈ ਕੇ ਆਇਆ, ਸ਼ੈਂਪੂ ਆ ਨਹਾਈਏ ਚੱਲ, ਆਹ ਕਿੰਨੇ ਤੋੜਿਆ, ਖਿੱਚ ਲਿਆ ਰੱਜੀ ਨੇ ਨਾ। ਆ ਵੇ ਬੀਬੀ, ਆ ਰੱਜੀ ਆ, ਵੇ ਬੀਬੀ ਵਧੀਆ ਨਾ ਲੱਗਦਾ, ਵੇਖੀ ਬੀਬੀ ਵੇਖ ਮੰਮੀ ਕੀ ਕਰਦੀ ਆ, ਹਲਮਟ ਖਰਾਬ ਕਰਨਾ ਪਿੱਛੋਂ ਕਦ ਵੱਟਾ ਮਾਰ ਕੇ ਤਾ। ਐਡਾ ਸੋਹਣਾ ਇਹ ਕੰਡਾ ਸੋਹਣਾ ਹੈਗਾ ਤੇ ਇਹਨਾਂ ਨੇ ਦਫਾ ਕਰਕੇ ਰੱਖਤਾ ਵਾ। ਮੰਮੀ ਆ ਪਿੱਛੋਂ ਖੇਚ, ਰੱਜੀ ਚੁੱਪ ਕਰ, ਸ਼ੀਸ਼ਾ ਟੁੱਟ ਜਾਣਾ ਏਦਾਂ ਰੱਜੀ। ਆ ਵੇ ਬੀਬੀ ਕਿੱਡਾ ਸੋਹਣਾ, ਓ ਲੈ ਇਹ ਕੌਣ ਆ, ਇਹਨੇ ਨਦੀਕ ਆ ਲਾਪਰੀਤ ਕਰਦਾ, ਆਰੇ ਉਸ ਕੋ ਲਾਪਰੀ ਉਹਨਾਂ ਕਰੀ ਯਾਰ, ਸ਼ੀਸ਼ਾ ਟੁੱਟ ਜੀ ਬਸ ਮਰਦਾ। ਚੱਲ ਬਈ ਚੱਲ ਗਏ,
ਕੋਲਾ ਇੰਨਾ ਮਹਿੰਗਾ ਲਿਆਂਦਾ ਵਾ ਦੁਬਾਰਾ ਦੱਸ ਬੀਬੀ ਨੂੰ, ਬੀਬੀ ਨੂੰ ਦੱਸ ਕਿੰਨਾ ਕਿਵੇਂ ਦਾ ਲੱਗਾ? ਮਹਿੰਗਾ ਆਇਆ ਵਾ ਬੀਬੀ ਨੂੰ ਕਹਿ ਹੱਥ ਲਾ ਕੇ ਸ਼ੀਸ਼ਾ ਵੇਖ, ਹੱਥ ਲਾ ਕੇ ਚੱਲ ਬੜਾ ਨਾ ਹੱਥ ਤੂੰ ਸਮਾਨ ਲਾ ਫੜੀ 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 ਕੀ ਹੋ ਗਿਆ ਇਹਨੇ? ਚੱਕ ਚੱਕ ਵੜਤਾ ਇਹਨੇ? ਲਓ ਜੀ ਇਹਨੇ ਉਹਦੇ ਖਬਰ ਮਿਲੀ, ਚੱਕ ਵੜਤਾ ਡੈਡੀ ਦੇ ਇਹਨੇ, ਡੈਡੀ ਨੂੰ ਗੁੱਸਾ ਚੜਿਆ ਹੋਇਆ। ਕਿਉਂ? ਉਹ ਕਹਿੰਦਾ ਹੁਣ ਗੁੱਸਾ ਡੈਡੀ ਦੇ। ਅੱਛਾ ਨਹੀਂ ਨਹੀਂ ਡੰਡਾ ਨਾ ਚੱਕ ਡੈਡੀ, ਤੂੰ ਮਾਰਿਆ ਕੀ ਇਹਦੇ? ਅੱਛਾ ਸੋਟਾ ਕਾ ਤੂੰ ਮਾਰਨ ਲਈ ਕੇ ਵੈਸੇ ਹੀ? ਨਹੀਂ ਨਹੀਂ ਸੋਟਾ ਮੈਂ ਫੜ ਲੈ, ਮੈਂ ਪੈਂਦਾ ਹੈ ਕੋਲ, ਮੈਂ ਤਾਂ ਛੱਡ ਦੇ ਮਾਰੀ। ਅੱਛਾ ਹਲਦੀ ਪਾਈ ਹੁਣ ਬਚ ਗਿਆ ਕਿ ਜ਼ੋਰ ਨਾਲ ਵੱਡਿਆ? ਉਹਨੂੰ ਪਤਾ ਲੱਗ ਗਿਆ ਵੀ ਚੱਕ ਵੱਢਿਆ। ਹਾਂ ਡੈਡੀ ਚੱਕੀ ਮਾੜਾ ਅਸੀਂ ਸਾਰੇ ਚੱਲੇ ਹਾਂ ਹੁਣ ਮੋਟਰ 'ਤੇ ਡੈਡੀ ਉਹਨਾਂ ਦੀ ਫਰਮਾਇਸ਼ 'ਤੇ, ਕਿਉਂਕਿ ਡੈਡੀ ਹੁਣੀ ਕਹਿੰਦੇ ਆ ਕਿ ਮੋਟਰ 'ਤੇ ਇੱਕ ਫਨੀਅਰ ਸੱਪ ਰਹਿੰਦਾ ਵਾ, ਅਤੇ ਪੁਲ 'ਤੇ ਚੱਲੇ ਹਾਂ ਸਪੈਸ਼ਲ ਡੈਡੀ ਦਾ ਕਰਕੇ ਜਾਣਾ ਹੁਣ ਅਸੀਂ, ਅਤੇ ਚਲ ਮੋਟਰਸਾਈਕਲ 'ਤੇ ਜਾਂਦੇ ਹਾਂ ਤਾਂ ਦੇਖਦੇ ਹਾਂ ਹੈਗਾ ਵੀ ਆ ਕਿ ਨਹੀਂ ਉੱਥੇ ਸੱਪ। ਚਲੋ ਜੀ ਵੇ ਹੈਲੋ ਹੈ ਨਹੀਂ ਨਾ ਡੈਡੀ, ਹਜੇ ਵੀ ਮੰਮੀ ਰਹਿੰਦਾ ਵਾ, ਬਣ ਗਿਆ ਹੈ ਨਾ ਥੋੜ੍ਹਾ ਜਿਹਾ ਰਹਿ ਗਿਆ। ਵੇਖਣ ਤਾਂ ਹੀ ਸੱਪ ਗਏ ਸੀਗੇ, ਉੱਥੇ ਕੁਛ ਵੀ ਨਹੀਂ ਮਿਲਿਆ। ਵੈਸੇ ਉੱਥੇ ਰੋਜ਼ ਹੁੰਦਾ ਵਾ, ਬਾਕੀ ਉਹ ਕਿਹੜਾ ਥਾਂ ਉਹਨਾਂ ਦੀ ਇੱਕ ਵਾ, ਵਾਧੂ ਥਾਵਾਂ 'ਤੇ ਤੁਰੇ ਫਿਰਦੇ ਰਹਿੰਦੇ ਆ। ਇਹਦੇ ਵਿੱਚੋਂ ਬਿਸਕੁਟ ਇੱਕ ਤੇਰਾ ਵਾ, ਬਾਕੀ ਉਹਦੇ ਆ, ਕਿਉਂਕਿ ਅਸੀਂ ਖਾ ਲਏ ਆ। ਹੁਣ ਤੈਨੂੰ ਇੱਕ ਮਿਲਣਾ, ਤੈਨੂੰ ਮਿਲ ਗਏ ਅੱਗੇ ਦੋ ਤਿੰਨ, ਚੰਗਾ ਇੱਕ ਹੀ ਮਿਲਣਾ ਨਾ। ਇਹ ਬਹਿ ਆਏ ਇੱਕ ਰੋਸਕੋ ਨੂੰ ਦੇ ਦੇ, ਓਏ ਉਹ ਇੱਕ ਰੋਸਕੋ ਨੂੰ ਦੇ ਦੇ, ਬਾਕੀ ਦੋ ਤੂੰ ਲੈ ਲਾ। ਹਾਂ ਦੇ ਦੇ, ਏਦਾਂ ਨਹੀਂ ਦੇਈਦਾ ਹੁੰਦਾ, ਐਂ ਰਭਾ ਕੇ ਦੇਣਾ, ਇਹ ਕਮਲਿਆਂ ਤਰ੍ਹਾਂ ਖਵਾਤਾ। ਹੱਥ ਧੋਲੀ ਹੁਣ। ਚਲੋ ਮੈਂ ਨਾ ਹੁਣੇ ਹੁਣੇ ਸਿਰ ਨਾ ਆ ਕੇ ਆਇਆ ਵਾਂ, ਅਤੇ ਹੁਣ ਵਾਲ ਥੋੜ੍ਹੇ ਜਿਹੇ ਡਰਾਇਰ ਨਾਲ ਸੁਕਾ ਲੈਂਦੇ ਹਾਂ, ਕਿਉਂਕਿ ਹੁਣ ਜਿੰਮ ਵੀ ਜਾਣਾ ਵਾ। ਮੈਂ ਕਿਹਾ ਨਾਲ ਨਾਲ ਵਲੋਗ ਐਡਿਟ ਵੀ ਕਰ ਦਈਏ ਤਾਂ ਐਂਡ ਵੀ ਕਰ ਦਈਏ। ਜੇ ਵਧੀਆ ਲੱਗਾ ਵਲੋਗ ਲਾਈਕ ਜ਼ਰੂਰ ਕਰਿਆ ਕਰੋ, ਲਾਈਕ ਅਤੇ ਵਧੀਆ ਲੱਗਾ ਵਲੋਗ ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਾਂਗੇ ਕੱਲ੍ਹ ਵਾਲੇ ਵਲੋਗ ਦੇ ਵਿੱਚ, ਤਾਂ ਬਾਏ।